शिमारु के नए वीडियोस के लिए सब्सक्राइब कीजिए और बेल आइकन को दबाना न भूलें। चाचा जी जो भी है किसे वेले पंजाब दे सिदकी किसाना दे सिर ते ही हिंदुस्तान सोने दी चिड़िया कहौंदा सी। ओए उदो कहौंदा सी पर हुण नहीं हिंदुस्तान सोने दी चिड़िया कहौंदा। हुण की कहौंदा? हुण ता सोनिया दी चिड़िया कहौंदा। वेख लो चाचा जी मुल्क दी गड्डी नु चलाउण वाला ड्राइवर कोई होर है ते बल्ले बल्ले सोनिया गांधी जी दी है। ओए कमलिए हुण लिवड़े वाले आप थोड़ा बसां चलाउंदे आ, अगों उहनां ने ड्राइवर रखे हुंदे आ। लो इस गल तों मैनूं इक कथा याद आ गई कि एक वारी किसी जनानी नूं इक जादू दी छड़ी लभी। छड़ी कहिंदी मंग जिहड़े तीन वचन मंगणे आ। जनानी सोच सोच के कहिंदी मैनूं दुनिया दी सब तों अमीर औरत बनाया जावे। तथास्तु। लो जी उह अमीर बण गई। दूजा वार उहने मंगिया कि हुण मेरे कोल दुनिया दी सब तों महंगी ते आलीशान कार आ जावे। तथास्तु। लो जी कार वी आ गई। तीजा वार मंगिया कि हुण मैनूं कार वी चलाउणी आ जावे, अर्थात मैं ड्राइविंग विच एक्सपर्ट हो जावां। छड़ी सोचां च पै गई कि आ इहने की मंग लिया, पर उहने वादा कीता सी उहनूं पूरा करना पैणा सी। तथास्तु। लो जी उहनूं औखी सौखी ड्राइविंग तां आ गई, पर उह जनानी तों बंदा बण गई। ना चाचा जी थोड़ा मतलब की है, जनानियां नूं सारी उम्र ड्राइविंग नहीं आ सकदी? ओ नहीं नीलू जी, तुसीं चाचा जी दा इशारा समझे नहीं। इह कह रहे ने कि सोनिया जी नूं इस गल दा इलम सी कि उहनां कोलों देश दी गड्डी चलनी नहीं, इसे करके उन्होंने सरदार मनमोहन सिंह जी नूं देश दा प्रधानमंत्री बना छड्डिया। ओ भतीज मैं तां सिद्ध पुत्री कथा सुनाई आ, मतलब तू आप कढ़िया। चाचा जी मैनूं इस गल दी समझ नहीं आउंदी कि साडे मुल्क दा स्टीयरिंग एडे ईमानदार बुद्धिमान अर्थशास्त्री ਤੇ ਐਕਸਪਰਟ ਡਰਾਈਵਰ ਦੇ ਹੱਥ ਵਿੱਚ ਹੋਣ ਦੇ ਬਾਵਜੂਦ ਗੱਡੀ ਫੇਰ ਕਿਉਂ ਟੱਕ ਡੋਲੇ ਖਾਈ ਜਾਂਦੀ ਹੈ? ਨੀਲੂ ਮੈਨੂੰ ਸਰਦਾਰ ਮਨਮੋਹਨ ਸਿੰਘ ਜੀ ਦੀ ਦਸ਼ਾ ਰੇਲਵੇ ਦੇ ਉਸ ਮਜ਼ਬੂਤ ਡਰਾਈਵਰ ਨਾਲ ਮਿਲਦੀ ਜੁਲਦੀ ਲੱਗਦੀ ਹੈ ਜਿਹਨੂੰ ਸਾਹਮਣੇ ਦਿਖਾਈ ਗਈ ਲਾਈਨ ਤੇ ਚੱਲਣਾ ਪੈਂਦਾ। ਆਪਣੀ ਮਰਜ਼ੀ ਨਾਲ ਨਾ ਵਿਚਾਰਾ ਸੱਜੇ ਮੋੜ ਸਕਦਾ ਤੇ ਨਾ ਖੱਬੇ ਮੋੜ ਸਕਦਾ। ਸੋ ਬੇਟਾ ਜੀ ਉੱਥੇ ਐਕਸਪਰਟ ਨਿਪੁੰਨ ਐਫੀਸ਼ੀਐਂਟ ਡਰਾਈਵਰ ਕੀ ਕਰੂ ਜਿੱਥੇ ਦੇਸ਼ ਰੂਪੀ ਗੱਡੀ ਦੀਆਂ ਬ੍ਰੇਕਾਂ ਲਾਲੂ ਜੀ ਦੇ ਹੱਥ 'ਚ ਨੇ ਤੇ ਕਾਂਟੇ ਉਹਨਾਂ ਦੇ ਸਾਲਾ ਸਾਹਿਬ ਜਾਣੀ ਕਿ ਸਾਧੂ ਯਾਦਵ ਦੇ ਹੱਥ 'ਚ ਨੇ। ਹਾਂ ਹਮ ਤਾਂ ਇੱਕ ਨੰਬਰ ਪਲੇਟਫਾਰਮ 'ਤੇ ਬੈਠੇ ਹਾਂ, ਗਾੜੀ ਜਾਏਗੀ ਤਾਂ ਇਧਰ ਹੀ ਸੇ ਜਾਏਗੀ। ਤੇ ਸਿਗਨਲ ਕਾਮਰੇਡਾਂ ਦੇ ਹੱਥ 'ਚ ਨੇ। ਵੈਸੇ ਗੱਲ ਤਾਂ ਚਾਚਾ ਜੀ ਦੀ ਸਹੀ ਆ, ਗੱਡੀ ਤਾਂ ਹੀ ਚੱਲੂ ਜੇ ਚੱਲਣ ਦੇਣਗੇ। ਲਓ ਇਸੇ ਗੱਲ ਤੋਂ ਮੈਨੂੰ ਇੱਕ ਹੋਰ ਕਥਾ ਯਾਦ ਆ ਗਈ ਕਿ ਰੇਲਵੇ ਦੇ ਇੱਕ ਕਾਂਟੇ 'ਤੇ ਡਿਊਟੀ ਦੇਣ ਵਾਲੇ ਕਰਮਚਾਰੀ ਨੇ ਆਪਣੇ ਪਿੰਡ 'ਚ ਤੜੀ ਜਮਾਈ ਹੋਈ ਕਿ ਮੇਰੀ ਮਹਿਕਮੇ 'ਚ ਇੰਨੀ ਚੱਲਦੀ ਹੈ ਕਿ ਜੇ ਮੈਂ ਨਾ ਚਾਹਾਂ ਤਾਂ ਗੱਡੀ ਖੜੀ ਰਹਿੰਦੀ ਆ ਤੇ ਜੇ ਮੈਂ ਚਾਹਾਂ ਤਾਂ ਗੱਡੀ ਚੱਲਦੀ ਆ। ਲਓ ਜੀ ਦੂਏ ਦਿਨ ਪਿੰਡ ਵਾਲੇ ਉਹਦੀ ਤੜੀ ਵੇਖਣ ਲਈ ਪਹੁੰਚ ਗਏ। ਉਧਰੋਂ ਗੱਡੀ ਆ ਗਈ ਤੇ ਇੱਧਰ ਪੱਟੂ ਕਾਂਟਾ ਨਾ ਬਦਲੇ, ਗੱਡੀ ਦੀਆਂ ਘੜਾ ਦੀਆਂ ਚੀਕਾਂ। 5 ਮਿੰਟ 10 ਮਿੰਟ 20 ਮਿੰਟ ਨਿਕਲੇ ਤੇ ਇੱਧਰ ਪਤੰਦਰ ਕਾਂਟੇ ਨੂੰ ਨਾ ਛੇੜੇ। ਫਿਰ ਡਰਾਈਵਰ ਤੇ ਗਾਰਡ ਉਤਰੇ, ਆ ਕੇ ਦੋ ਮਾਰੇ ਲਫੇੜੇ। ਸਾਲਿਆ ਅੱਧਾ ਘੰਟਾ ਹੋ ਗਿਆ ਤੇਰੇ ਮੂੰਹ ਵੱਲ ਵੇਖਦੇ ਆ, ਤੂੰ ਕਾਂਟਾ ਕਿਉਂ ਨਹੀਂ ਬਦਲਦਾ? ਕਹਿੰਦਾ ਬਦਲ ਦਿੰਦੇ ਆ, ਗਾਹਾਂ ਜਾ ਕੇ ਗੱਡੀ ਚੜ੍ਹਨ। ਲਓ ਜੀ ਲਿਚ ਗੜਿਚੀਆਂ ਕਰਦੇ ਨੇ, 10 ਮਿੰਟਾਂ ਬਾਅਦ ਕਾਂਟਾ ਬਦਲਿਆ ਤਾਂ ਜਾ ਕੇ ਗੱਡੀ ਚੱਲੀ। ਬਾਅਦ ਚ ਪਿੰਡ ਵਾਲਿਆਂ ਨੂੰ ਕਹਿੰਦਾ ਫਿਰ ਵੇਖਿਆ ਮੇਰੀ ਕਿੰਨੀ ਚੱਲਦੀ ਆ। ਫਿਰ ਪਿੰਡ ਵਾਲੇ ਕੀ ਕਹਿੰਦੇ? ਉਹ ਕਹਿੰਦੇ ਚੱਲਦੀ ਤਾਂ ਤੇਰੀ ਬਹੁਤ ਆ, ਪਰ ਮਹਿਕਮੇ 'ਚ ਤੇਰਾ ਇੱਜ਼ਤ ਮਾਣ ਜਿਹਾ ਨੀ। ਚਾਚਾ ਜੀ ਗੱਲ ਗੋਲ ਬੋਲ ਨਾ ਕਰੋ, ਜੋ ਵੀ ਸੰਦੇਸ਼ ਦੇਣਾ ਚਾਹੁੰਦੇ ਹੋ ਗੱਲ ਸਾਫ਼ ਸਾਫ਼ ਕਰੋ। ਨਾ ਸਾਫ਼ ਕਰਨ ਨੂੰ ਮੇਰੀ ਗੱਲ ਕਿਹੜਾ ਲਿਬੜੀ ਹੋਈ ਆ, ਨਾਲੇ ਸਮਝਦਾਰਾਂ ਲਈ ਤਾਂ ਇਸ਼ਾਰੇ ਬਥੇਰੇ ਆ। ਮੈਂ ਤਾਂ ਇੰਨਾ ਹੀ ਕਹੂੰਗਾ ਕਿ ਜਿਹੜੇ ਚਲਦੀ ਗੱਡੀ 'ਚ ਅੜੇਚਣਾ ਪਾਉਂਦੇ ਆ ਉਹਨਾਂ ਦਾ ਹੱਲ ਸਿਰਫ ਲਫੇੜੇ ਆ। ਸ਼ਰਮਾ ਜੀ ਵੇਖਦੇ ਕੀ ਹੋ ਜਾਓ ਸ਼ੁਰੂ। ਭਤੀਜ ਆ ਥੈਲੇ 'ਚ ਕਿਹੜਾ ਲਕੋਇਆ ਹਥਿਆਰ? ਚਾਚਾ ਜੀ ਹਥਿਆਰ ਸਿਰ ਕੋਈ ਨੀ, ਇਹ ਤਾਂ ਤੁਹਾਨੂੰ ਸਰੋਤਿਆਂ ਤੇ ਦਰਸ਼ਕਾਂ ਨੇ ਖੱਤ ਪਾਏ ਨੇ ਬੜੀਆਂ ਉਮੀਦਾਂ ਨਾਲ। ਬਈ ਕਮਾਲ ਆ, ਮੋਬਾਈਲ ਫੋਨ ਤੇ ਨੈੱਟ ਯੁੱਗ ਵਿੱਚ ਵੀ ਚਿੱਠੀਆਂ ਦੀ ਭਰਮਾਰ। ਆ ਸਿੱਧੇ ਸਿੱਧੇ ਸਵਾਲਾਂ ਦੇ ਜਵਾਬ ਦੇ ਦਿਓ, ਐਵੇਂ ਗੱਲ ਨਾ ਜਾਈਓ ਟਾਲ। ਅੱਛਾ ਇਹ ਗੱਲ ਆ, ਫਿਰ ਪੜੋ ਪਹਿਲੀ ਚਿੱਠੀ, ਚਤਰ ਸਿੰਘ ਜਮਾ ਤਿਆਰ। ਚਾਚਾ ਜੀ ਆ ਪਹਿਲਾ ਖਤ ਬਠਿੰਡੇ ਤੋਂ ਲਿਖਦੇ ਰਿਸ਼ਪਾਲ ਸਿੰਘ ਪਾਲੀ। ਇਹ ਪੁੱਛਦੇ ਨੇ ਚਾਚਾ ਜੀ ਕੀ ਕਹਿੰਦਾ ਤੁਹਾਡਾ ਤਜਰਬਾ, ਐਤਕੀ ਪਾਵਰ 'ਚ ਕਿਹੜੀ ਸਰਕਾਰ ਆਊਗੀ, ਕਾਂਗਰਸੀ ਜਾਂ ਅਕਾਲੀ? ਗੱਲ ਸੁਣ ਲਓ ਰਿਸ਼ਪਾਲ ਪਾਲੀ ਜੀ, ਸਰਕਾਰੀ ਖਜ਼ਾਨਾ ਭਾਵੇਂ ਭਰਿਆ ਹੋਵੇ ਭਾਵੇਂ ਖਾਲੀ ਜੀ, ਢਾਈਆਂ ਦੇ ਪੁੱਤਾਂ ਨੇ ਤਾਂ ਘਾ ਹੀ ਖੋਤਣਾ, ਉਹਨਾਂ ਦਾ ਕਿਹਨੇ ਬਣਨਾ ਵਾਲੀ ਜੀ? ਜਿੱਥੋਂ ਤੱਕ ਸਰਕਾਰਾਂ ਦਾ ਸਵਾਲ ਆ, ਦੋਹਾਂ ਨੇ ਆ ਕੇ ਇੱਕੋ ਜੀ ਗਾਉਣੀ ਕਵਾਲੀ ਜੀ। ਓਏ ਪੁੱਤਰਾ ਤੈਨੂੰ ਤਾਂ ਮੂੰਗੀ ਉਹੀ 70 ਰੁਪਏ ਕਿਲੋ ਮਿਲਣੀ ਆ, ਭਾਵੇਂ ਕਾਂਗਰਸੀ ਆਉਣ ਭਾਵੇਂ ਅਕਾਲੀ ਜੀ। ਸੋ ਪਾਲੀ ਜੀ ਇਹ ਸਿਆਸਤ ਤੇ ਕੈਸੀ ਗੁੱਝੀ ਤੇ ਡੂੰਘੀ ਕਹਾਣੀ ਜਿਹੜੀ ਨਾ ਤੂੰ ਜਾਣੀ ਤੇ ਨਾ ਮੈਂ ਜਾਣੀ। ਇੱਥੇ ਡੱਡਾਂ ਪਤਾ ਲੱਗਣ ਦਿੰਦੀਆਂ ਕਿਹੜੇ ਵੇਲੇ ਪੀ ਜਾਂਦੀਆਂ ਨੇ ਪਾਣੀ।
हाँ पर पंजाब का पिछला इतिहास यह जरूर दसदा कि सरकार भावे सोने की बन के रही हो पर पंजाबियों ने लगातार दो वारी नहीं पिलाया किसी नूं पानी। पर चाचा जी मैनू लगता है कोई तीजी धिर अगे ना आ जाए क्योंकि इन्हां दी तां हुण उलझ गई लगती है ताणी। बीबा चाहे सारा पिंड मर जावे पर तू एक गल पल्ले वल लग तेरे हिस्से लंबड़दारी नहीं आउणी। की मतलब? ओए मतलब ए के कुंडियां दे सिंग फस गए हुण कोई नित्रू बड़ेवे खाणे। चाचा जी दूजी चिट्ठी आई है किसी बीबी दी। इधर फड़ा मेरी लगती है। उम्र 60 साल है। फिर तू ही पढ़ के सुना तेरी लगती है। लिखण वाली है बीबी मीनू, पिंड दा नाम रशीन है ते डाकखाना छपार है ते उम्र 21 साल है। कहंदी की आ? कहंदी है कि रात नू नींद ना आवे, दिन नू चैन ना आवे, कि चाचा जी इसे दा नाम प्यार है। ओए बीबी मीनू जी प्यार प्यूर कोई नहीं, एवी भुलेखे च ना रहो, बिजली बिना सारिया दा यही हाल है। चाचा जी कदे चंगे कमां दी शलाघा करनी भी सिखो, सरकार ने पिंडा वाले भी बिजली मुफ्त करती, कुछ एदे बारे भी मुंह फुटो। ओए फिर की आ जे मुफ्त करती है सरकार दा फर्ज आ, नाले कमलिया जेड़ी चीज है ही नहीं उहनू मुफ्त कहण च की हर्ज आ। चाचा जी आ खत लिखदे ने पिंड गोविंदपुरा तो जितेंद्र गोभी वाला, पुछदे ने कि चंडीगढ़ मटका चौंक च ड्यूटी लवाउण लई हर पुलिस वाला क्यों है काला। जितेंद्र जी सुन लो, मटका चौंक च पुलिस मुलाजम ताईयों ड्यूटी लवाउंदे ने क्योंकि इत्थे नित धरने रैलियां वाले नारे ला के खोरू पाउंदे ने, साडे हक इत्थे हक, साडियां मंगां उन्हें हटो, जो हमसे टकराएगा चूर चूर हो जाएगा। भीड़ नूं फेर नखेड़न खातर अन्नेवा डांग वराउंदे ने, हर थां पैंदा चीख चिहाड़ा, ऐसी भाजड़ पाउंदे ने, फिर किसे दी चेनी किसे दा बटुआ, किधरे मोबाइल थे आउंदे ने, चारे पासे मार के हुण जा नित ढोले दीआं लाउंदे ने। फेर की ना रिश्वत खोरी ना सीना जोरी, ईमानदार पुलिस अफसर कहाउंदे ने, हुण समझ आई पुलिस वाले मटका चौंक च ड्यूटी क्यों लवाउंदे ने। चाचा जी फेर कदी यादी आ, जे बंदा अपने हक्कां लई वी ना बोल सकदा होवे फिर फरंगियां दे राज विच ते हुंदे राज विच की फर्क होया। फर्क पुछदा पति, जलियां वाले बाग च गोरियां लाशां दे खूह सी भरते ते इधर मटका चौंक च उदों दूणे मरियां तों वध करते, मास्टर छड़ते, डाक्टर घड़ते, नाले कुटते जटनी, ਕਹਿਣ ਨੂੰ ਭਾਵੇਂ ਲੋਕਤੰਤਰ ਆ ਪਰ ਹਾਕਮ ਸਾਡੇ ਵੀ ਅੰਗਰੇਜ਼ਾਂ ਤੋਂ ਘੱਟ ਨਹੀਂ। ਲਾਲਾ ਲਾਜਪਤ ਰਾਏ ਜੀ ਨੇ ਖਾਧੀਆਂ ਆਜ਼ਾਦੀ ਦੇ ਲਈ ਡਾਂਗਾਂ, ਹੱਕ ਲੈਣ ਦੀ ਖਾਤਰ ਹੁਣ ਵੀ ਨਿਕਲ ਜਾਂਦੀਆਂ ਚਾਂਗਾਂ, ਉਂਝ ਲੋਕਤੰਤਰ ਦੀ ਉੱਤੋਂ ਉੱਤੋਂ ਲਾਉਂਦੇ ਰਹਿੰਦੇ ਰਟਨੀ, ਕਹਿਣ ਨੂੰ ਜੋ ਮਰਜ਼ੀ ਕਹੀ ਜਾ ਪਰ ਹਾਕਮ ਸਾਡੇ ਵੀ ਅੰਗਰੇਜ਼ਾਂ ਤੋਂ ਘੱਟ ਨਹੀਂ। ਲੋਕਾਂ ਨੂੰ ਜੋ ਸੀ ਹਾਸੇ ਵੰਡਦਾ, ਭੱਲਾ ਵੀ ਭੜਕਾਤਾ, ਸੱਗੀ ਨਾਲ ਪਰਾਂਦਾ ਬਾਲਾ ਡੋਲ ਵਾਂਗ ਚਮਕਾਤਾ, ਓਏ 24 ਘੰਟੇ ਚਤਰ ਸਿਉਂਦੇ ਰਹਿਣ ਰੜਕਦੇ ਫਟਨੀ, ਓਏ ਕਹਿਣ ਨੂੰ ਭਾਵੇਂ ਲੋਕਤੰਤਰ ਆ ਪਰ ਹਾਕਮ ਸਾਡੇ ਵੀ ਅੰਗਰੇਜ਼ਾਂ ਤੋਂ ਘੱਟ ਨੇ। ਹੋਰ ਮਾਰ ਮਾਰ ਚ ਪੈਡ ਮੂੰਹ ਤੇ, ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ, ਕੱਟਾ ਪਾਜੀ ਇਹਨੂੰ ਕਿਉਂ ਮਾਰ ਰਹੇ ਹੋ? ਇਹ ਰਾਤੀ ਇੱਕ ਕੁੜੀ ਦੇ ਨਾਲ ਆਸ਼ਕੀ ਕਰ ਰਿਹਾ ਸੀਗਾ, ਮੇਰੇ ਰਾਤ ਚ ਆਸ਼ਕੀ। ਬਿੱਲੂ ਭਾਈ ਦੇ ਰਾਜ ਚਾਸ਼ਕੀ ਨਹੀਂ, ਆਸ਼ਕੀ ਮਾਰਦਾ ਹੈ? ਆਸ਼ਕੀ ਤੇਰੀ ਹਿੰਮਤ ਕਿਵੇਂ ਬਿੱਲੂ ਉਸਤਾਦ ਦੇ ਰੂਹ ਤੋੜਨ ਦੀ? ਬਿੱਲੂ ਉਸਤਾਦ ਤੋਂ ਡਰ ਨਹੀਂ ਲੱਗਦਾ? ਡਰ ਨਹੀਂ ਲੱਗਦਾ ਤੈਨੂੰ? ਤੇਰੀ ਹਿੰਮਤ ਕਿੱਦਾਂ ਹੋਈ? ਬਾਕੀ ਅਸੀਂ ਆਪ ਕੁੱਟ ਲਾਂਗੇ, ਤੂੰ ਜਾ। ਝੂਠੀਆਂ ਖਬਰਾਂ ਦਿੰਦਾ, ਸ਼ਰੀਫ ਆਦਮੀ ਨੂੰ ਬਦਨਾਮ ਕਰਦਾ, ਤੂੰ ਦੱਸ ਕਿਉਂ ਉਹਨੂੰ ਬਦਨਾਮ ਕਰ ਰਿਹਾ ਸੀ? ਨਹੀਂ ਉਸਤਾਦ ਜੀ, ਉਸ ਥਿਰੇ ਦਾ ਚਲਾਕ ਬੰਦਾ ਹੈ, ਮੈਂ ਆਪਣੇ ਇਹਨਾਂ ਕੰਨਾਂ ਨਾਲ ਸੁਣਿਆ ਇਹੀ ਸੀ। ਉਸਤਾਦ ਜੀ ਜੇ ਤੁਸੀਂ ਇਹਨੂੰ ਰੰਗੇ ਹੱਥੀ ਫੜਨਾ ਨਾ, ਤਾਂ ਅੱਜ ਇਹਨੇ ਉਸ ਕੁੜੀ ਦਾ ਕਰਬਾ ਚੌਥ ਦਾ ਵਰਤ ਰੱਖਿਆ, ਅੱਜ ਦੋਵੇਂ ਛੱਤ ਤੇ ਮਿਲਣਗੇ। ਹਾਂ ਤਾਂ ਮੈਨੂੰ ਕਿਹੜੇ ਛੱਤ ਤੇ ਨਹੀਂ ਚੜਨਾ ਆਉਂਦਾ, ਮੈਂ ਵੀ ਉਹਨੂੰ ਉੱਥੇ ਹੀ ਮਿਲਾਂਗਾ। ਹਾਂ
अज मैं पहली बार एक चंद नूं दूजे चंद दे के खड़ा देख रहा। वह चंद ते निकल आया, जे किते आ चंद मुखड़ा दिखा दे तां मैं वर्त तोड़ा। वर्त नहीं तोड़ेगा तू, दम तोड़ेगा। हाँ, दम तोड़ेगा। फड़ ले नहीं, नहीं, नहीं बिलुस्तान, नहीं, नहीं, नहीं। मेरे राज च आज की नॉट अलाउड है, पर तू करन दी जुर्रत की थी, गोली तो तेरे वजेगी। माफ कर दो बिलुस्तान, मैं तो सवेरे पानी भी नहीं पीता। कोई गल नहीं, असी पिलावांगे तैनू गोली आला पत्ता। गोली आला पत्ता, चल छड़ दो इनू। नच के दिखा। नच के? मैनू तो नचना नहीं आता, तुसी थोड़ा नच दो, मैं कॉपी कर लूंगा। ठीक है। हाँ, तू बिल्लू बकरे नू बेवकूफ बना रहा? नहीं, है? नहीं, नहीं। हुण तां गोली जरूर बजेगी, नच छेती। बचाने भाल मां बस जी। गोली तो हुण भी बजेगी। हुण क्यों बचू जी? इंज इंज तक करके नहीं दिखाया। डैडी? इस तरह? हाँ। डैडी? एक ही कर रहे हो, सेट ते खून खराबा करोगे ते पिक्चर की में पूरी होगी। पिक्चर पूरी होवे ना होवे, पर ए पूरा जरूर होवेगा। डैडी, इनू ते आपा 20 दिन बाद भी मार सकते हैं, पर जे शूटिंग रुक गई ते बेवजह नुकसान अपना ही होएगा। गल तो तेरी 16 आने सही है, आपा पहला फिल्म पूरी कर लेंदे, इनू बाद च पूरा कर लांगे। पर तू इत्थे किवें आई? किते तेरा ते अदा। डैडी, ए की कह रहे हो तुसी? मैं थोड़ा खून हां? ताही ता शक पैंदा। गल सुणा, जे दोबारा मैं तेनू आशकी करते देख लिया तो मैं फिल्म दी परवाह नहीं करनी, सीधा कतल करना है, फिर ना कहीं भी दस्या नहीं। चलो चलिए। ओए ओए, छेती करो छेती, महीना हो गया सच दिखे नू, ते तुसी हुण चक रहे हो, मैं थोड़े ते हैरान यार। चलो चलो जल्दी करो, जल्दी करो, चल चल माई जल्दी कर। अखियां 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 नी मैं बड़िया साम के रखियां। कटरीना जी, तुसी हाल तक तैयार नहीं होए, मैं थोड़े ते हैरान। जुगनू जी तुसी चलो, मैं आनी हां। थोड़ा जल्दी आ जायो, शॉट रेडी है जी। टा 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 ट्रैक्टरा वो सेट के उत्ते दो कीरत इन्ना होया फिर कड़ी दो कीरत वो खीरे तो विक्रम है बकवास करी जाना। ओए होए, एक इतने शूटिंग करी है ते दूजी मेकअप रूम च है। जा चला जा, अगे सीन नहीं हो रहा, मैं तेरे थप्पड़ मारना, चल बच्चा तो। ओए ओए ओ बिट्टू, बिट्टू बिट्टू देख, बिट्टू मैं तेरे सामने आ। हां फिर पीछे हो जा। ओए मेरी गल ता सुनो, ओए सेट दे उत्ते दो दो कीरता ने, दो दो कीरता फिर घरे ले जा, एवी रौला पाया हसी। ओए मेरा कोई यकीन क्यों नहीं करता, बहुत बड़ी गड़बड़ाई यार, मैं थोड़े ते हैरान आ। की हो गया, किधर चले सारे जोरे चले? ओए पाना वरत गया। उत्ते भी किरत, थल्ले भी किरत। मैं तो आप नहीं पता यार, मेरी तो आप समझ दोबारा, ये तो हमने अपने नाल सी यार। ये तो मतलब किरत पहले तो नहीं मर गई सी? आहो ही की जंदा यार, ते अपा भूत वाली शूटिंग करते रहे। वो कंजर दे, वो भूत है, वो कंजर।